ਕਰ ਤੁਸੀਂ ਕਿਸੇ ਨੂੰ ਰੁਪਈਏ ਦੇ ਰਹੇ ਹੋ ਜਾਂ ਕਿਸੇ ਕੋਲੋਂ ਨੋਟ ਲੈ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਉਹ ਨੋਟ ਜਾਲੀ ਹੋ ਸਕਦੇ ਹਨ ਕਿਉਂਕਿ ਅੱਜ ਕੱਲ੍ਹ ਜਾਲੀ ਕਰੰਸੀ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਇਹਨਾਂ ਜਾਲੀ ਨੋਟਾਂ ਦੀ ਪਹਿਚਾਣ ਕਰਨਾ ਵੀ ਮੁਸ਼ਕਿਲ ਹੈ। ਖੰਨਾ ਪੁਲਿਸ ਨੇ ਅੱਜ 15,05,000 ਰੁਪਏ ਦੀ ਜਾਲੀ ਕਰੰਸੀ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਖੰਨਾ ਦੇ ਐਸ ਐਸ ਪੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਐਸ ਪੀ ਡਾਕਟਰ ਪ੍ਰਿਗਿਆ ਜੈਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਮਾੜੇ ਅੰਸਰਾਂ ਖਿਲਾਫ਼ ਚਲਾਈ ਮੁਹਿੰਮ ਅਧੀਨ ਅੱਜ ਖੰਨਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ ਏ ਸਟਾਫ ਇੰਸਪੈਕਟਰ ਹਰਬੰਸ ਸਿੰਘ ਐਸ ਐਚ ਓ ਸਦਰ ਦੀ ਅਗਵਾਈ ਹੇਠ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸ 15,05,000 ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ ਗਈ ਹੈ। ਖੰਨਾ ਪੁਲਿਸ ਵੱਲੋਂ ਇਸ ਤੋਂ ਪਹਿਲਾਂ ਵੀ ਮਾਰਚ ਮਹੀਨੇ ਵਿੱਚ 1,19,500 ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ ਗਈ ਸੀ। ਐਸ ਐਸ ਪੀ ਖੰਨਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਕੋਲ ਕੋਈ ਜਾਲੀ ਨੋਟ ਆਉਂਦੇ ਹਨ ਤਾਂ ਪੁਲਿਸ ਨੂੰ ਇਸ ਦੀ ਇਤਲਾਹ ਜ਼ਰੂਰ ਦੇਣ। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ, ਜੋ ਸਾਡੀ ਡੀ ਜੀ ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੀ ਕੰਟੀਨਿਊਸ ਡਰਾਈਵ ਚੱਲ ਰਹੀ ਹੈ ਹਰ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟਸ ਦੇ ਅਗੇਂਸਟ। ਉਹਦੇ 'ਚ ਸਾਨੂੰ ਪਿਛਲੇ ਦਿਨਾਂ 'ਚ ਵੱਡੀ ਸਫਲਤਾ ਮਿਲੀ ਜਦੋਂ ਖੰਨਾ ਪੁਲਿਸ ਨੂੰ ਜਾਲੀ ਕਰੰਸੀ ਤਿਆਰ ਕਰਨ ਵਾਲੀ ਜਿਹੜੀ ਅੰਤਰਰਾਜੀ ਗਿਰੋਹ ਹੁੰਦੀ ਹੈ ਉਹਦੇ ਅਸੀਂ 4 ਮੈਂਬਰ ਗ੍ਰਿਫਤਾਰ ਕੀਤੇ ਅਤੇ ਸਾਨੂੰ ਇਹਦੇ 'ਚ 15,05,000 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਹੈ। ਇਹਦੀ ਡਿਟੇਲ 'ਚ ਮੈਂ ਦੱਸਣਾ ਚਾਹਾਂਗੀ, ਇਹ ਸਾਰੀ ਡਰਾਈਵ ਦੀ ਸੁਪਰਵਿਜ਼ਨ ਐਸ ਪੀ ਡੀ ਮੈਡਮ ਪ੍ਰਗਿਆ ਜੈਨ ਨੇ ਕੀਤੀ, ਉਹਨਾਂ ਦੇ ਅੰਡਰ ਇੰਚਾਰਜ ਸੀ ਆਈ ਏ ਇੰਸਪੈਕਟਰ ਅਮਨਦੀਪ ਸਿੰਘ, ਐਸ ਐਚ ਓ ਸਦਰ ਹਰਦੀਪ ਔਰ ਇਹਨਾਂ ਦੋਨਾਂ ਦੀ ਜਿਹੜੀ ਟੀਮਸ ਹੈ ਉਹ ਇਨਵੋਲਵ ਸੀਗੀਆਂ। 13 ਅਪ੍ਰੈਲ ਨੂੰ ਐਸ ਐਚ ਓ ਥਾਣਾ ਸਦਰ ਇਹਨਾਂ ਦੀ ਪਾਰਟੀ ਨੇ 2 ਸ਼ੱਕੀ ਵਿਅਕਤੀ ਵਿਲੇਜ ਅਲੋਡ ਦੇ ਏਰੀਆ 'ਚ ਇੰਟਰਸੈਪਟ ਕੀਤੇ ਸੀਗੇ। ਉਹਨਾਂ ਨੂੰ ਸ਼ੱਕ ਦੇ ਬਿਨਾਂ 'ਤੇ ਜਦੋਂ ਉਹਨਾਂ ਦੀ ਤਲਾਸ਼ੀ ਲਿੱਤੀ ਗਈ, ਇੱਕ ਦਾ ਨਾਂ ਸੀਗਾ ਕਮਲਜੀਤ ਸਿੰਘ ਜਿਹੜਾ ਪਿੰਡ ਰਾਣਵਾ ਤਹਿਸੀਲ ਸਮਰਾਲੇ ਦਾ ਰਹਿਣ ਵਾਲਾ ਹੈ, ਔਰ ਦੂਜਾ ਹਨੀ ਭਾਰਦਵਾਜ ਜਿਹੜਾ ਮਾਛੀਵਾੜਾ ਸਾਹਿਬ ਦਾ ਰਹਿਣ ਵਾਲਾ ਹੈ। ਜਿਹੜਾ ਕਮਲਜੀਤ ਸਿੰਘ ਹੈ ਉਹਦੀ ਤਲਾਸ਼ੀ 'ਚ ਸਾਨੂੰ 500 ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ ਔਰ ਦੂਜੇ ਤੋਂ 200 ਰੁਪਏ ਦੇ, ਔਰ ਇਹ ਜਿਹੜੇ ਕਰੰਸੀ ਨੋਟ ਸੀਗੇ ਇਹਨਾਂ 'ਚ ਸੀਰੀਅਲ ਨੰਬਰ ਆਪਸ 'ਚ ਸਿਮਿਲਰ ਸੀਗੇ, ਜਿਸ ਤੋਂ ਪਤਾ ਲੱਗਦਾ ਸੀ ਕਿ ਜਾਲੀ ਕਰੰਸੀ ਹੈ FICN ਫੇਕ ਇੰਡੀਅਨ ਕਰੰਸੀ ਨੋਟ। ਅਤੇ ਉਸ ਬਿਹਾਫ 'ਤੇ ਟੋਟਲ ਸਾਨੂੰ 67,500 ਰੁਪਏ ਜਾਲੀ ਕਰੰਸੀ ਦੀ ਬਰਾਮਦਗੀ ਹੋਈ ਸੀ ਇਹਨਾਂ ਦੋਨਾਂ ਤੋਂ, ਜਿਸ ਬਿਹਾਫ 'ਤੇ ਮੁਕੱਦਮਾ ਨੰਬਰ 60 13 ਅਪ੍ਰੈਲ ਨੂੰ ਦਰਜ ਕੀਤਾ ਗਿਆ ਸੀ ਥਾਣਾ ਸਦਰ ਅੰਡਰ ਸੈਕਸ਼ਨ 489A, B, C, D, E IPC, ਜਿਹੜੀ ਕਾਊਂਟਰਫੇਟ ਕਰੰਸੀ ਹੁੰਦੀ ਹੈ ਉਹਦੇ 'ਤੇ ਇਹ ਸੈਕਸ਼ਨਸ ਲਾਗ ਹੁੰਦੇ। ਸੋ ਡਿਊਰਿੰਗ ਫਰਦਰ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਨੋਂ ਦੋਸ਼ੀ ਹੈਗੇ ਇਹ ਜਾਲੀ ਕਰੰਸੀ ਨੋਟ ਬੇਸਿਕਲੀ ਇੱਕ ਮਨੋਜ ਕੁਮਾਰ ਉਰਫ ਵਿਜੇ ਹੈ ਜਿਹੜਾ ਵਾਸੀ ਰਾਜਸਥਾਨ ਹੈ ਉਹਦੇ ਤੋਂ ਪਿੱਛੋਂ ਲੈ ਕੇ ਆਉਂਦੇ ਸੀਗੇ। ਸੋ ਇਸ ਬੇਸ 'ਤੇ ਮਨੋਜ ਨੂੰ ਅਸੀਂ ਆਪਣੀ ਤਫਤੀਸ਼ 'ਚ ਨੋਮੀਨੇਟ ਕੀਤਾ, ਔਰ ਐਜ਼ ਪਰ ਜਿਹੜੇ ਲੀਗਲ ਟਰਮਸ ਲੀਗਲ ਪ੍ਰੋਸੀਜਰ ਵਰਤਦੇ ਹੋਏ ਅਸੀਂ ਉਹਦੇ ਅਰੈਸਟ ਵਾਰੰਟ ਲਏ ਅਤੇ ਫਿਰ ਅਸੀਂ ਉਹਨੂੰ ਅਜਮੇਰ ਤੋਂ ਅਰੈਸਟ ਕੀਤਾ 16 ਅਪ੍ਰੈਲ ਨੂੰ, ਔਰ ਉਸਦੇ ਨਾਲ ਸਾਨੂੰ ਉਸਦਾ ਸਾਥੀ ਜਿਹਦਾ ਨਾਮ ਮਦਨ ਲਾਲ ਹੈ, ਇਹ 2 ਲੋਕਾਂ ਨੂੰ ਉੱਥੋਂ ਮੁਲਜ਼ਮਾਂ ਨੂੰ ਅਸੀਂ ਫੜ ਕੇ ਲੈ ਕੇ ਆਏ ਰਾਜਸਥਾਨ ਤੋਂ, ਅਤੇ ਇਹਨਾਂ ਤੋਂ ਸਾਨੂੰ 14,20,000 ਦੀ ਜਾਲੀ ਕਰੰਸੀ ਬਰਾਮਦ ਹੋਈ ਹੈ। ਅਤੇ ਇਸਦੇ ਨਾਲ ਨਾਲ ਸਾਨੂੰ ਇਹਨਾਂ ਤੋਂ ਇੱਕ ਤਾਂ ਲੈਪਟੋਪ ਮਿਲਿਆ ਜਿਹਦੇ 'ਚ ਇਹ ਕਰੰਸੀ ਪ੍ਰਿਪੇਅਰ ਕਰਦੇ ਸੀਗੇ, ਪ੍ਰਿੰਟਰ ਜਿਹਦੇ ਜੋ ਪ੍ਰਿੰਟ ਕਰਦੇ ਸੀ, ਔਰ ਖਾਲੀ ਕਾਗਜ਼ ਵੀ ਮਿਲੇ ਜਿਹੜੀ ਸਾਰੀ ਮਤਲਬ ਪੈਰਾਫਰਨੇਲੀਆ ਹੁੰਦਾ ਜਿਸਦੇ ਨਾਲ ਇਹ ਫੇਕ ਕਰੰਸੀ ਤਿਆਰ ਕਰਦੇ, ਸਾਰਾ ਮਟੀਰੀਅਲ ਸਾਨੂੰ ਉੱਥੋਂ ਅਜਮੇਰ ਤੋਂ ਇਹਨਾਂ ਤੋਂ ਮਿਲਿਆ। ਸੋ ਕੁੱਲ ਮਿਲਾ ਕੇ ਇਹਨਾਂ ਦੋਸ਼ੀਆਂ ਤੋਂ ਸਾਨੂੰ ਹੁਣ ਤੱਕ 15,05,000 ਦੀ ਜਾਲੀ ਕਰੰਸੀ ਬਰਾਮਦ ਹੋ ਚੁੱਕੀ ਹੈ, ਔਰ ਇਸ ਤੋਂ ਇਲਾਵਾ ਜਿਹੜੀ ਕਰੰਸੀ ਹਾਲੇ ਇਹਨਾਂ ਨੇ ਕਟਿੰਗ ਨਹੀਂ ਕੀਤੀ ਸੀਗੀ ਉਹਦੀ ਵੀ ਵਰਥ ਅਰਾਊਂਡ 5,84,000 ਰੁਪਏ ਦੀ ਬਰਾਮਦ ਹੋ ਚੁੱਕੀ ਹੈ। ਅਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖ ਰਹੇ ਕਿ ਹੋਰ ਵੀ ਜੇ ਕੋਈ ਬੈਕਵਰਡ ਲਿੰਕ ਨਿਕਲਦਾ ਹੈ, ਕੁਛ ਹੋਰ ਵੱਡੀਆਂ ਗੱਲਾਂ ਇਹਨਾਂ ਤੋਂ ਸਾਹਮਣੇ ਆਉਂਦੀਆਂ। ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮਾਰਚ 'ਚ ਵੀ ਅਸੀਂ ਇੱਕ FICN ਦਾ ਜਿਹੜਾ ਜਾਲੀ ਕਰੰਸੀ ਦਾ ਪਰਚਾ ਹੁੰਦਾ ਉਹ ਦਰਜ ਕੀਤਾ ਸੀ ਸਿਟੀ 2 ਥਾਣੇ 'ਚ, ਜਿਹਦੇ 'ਚ ਸਾਨੂੰ 1,19,500 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਸੀਗੀ। ਔਰ ਇਹਦਾ ਕਹਿਣ ਦਾ ਮੇਰਾ ਪਰਪਸ ਇਹ ਹੈ ਕਿ ਅਸੀਂ ਤੁਹਾਡੇ ਮਾਧਿਅਮ ਦਾ ਹੀ ਅਪੀਲ ਕਰਨਾ ਚਾਹੁੰਦੇ ਹਾਂ ਪਬਲਿਕ ਨੂੰ, ਕਿਉਂਕਿ ਇਹ ਸੈਕਿੰਡ ਇੰਸੀਡੈਂਟ ਹੋ ਗਿਆ ਜਦੋਂ ਸਾਨੂੰ ਖੰਨਾ 'ਚ ਔਰ ਬੈਕਵਰਡ ਲਿੰਕ 'ਚ ਪਿੱਛੋਂ ਜਾ ਕੇ ਇੰਨੀ ਵੱਡੀ ਮਾਤਰਾ 'ਚ ਫੇਕ ਕਰੰਸੀ ਬਰਾਮਦ ਹੋਈ ਹੈ, ਕਿ ਪਬਲਿਕ ਨੂੰ ਬਹੁਤ ਅਵੇਅਰ ਹੋਣਾ ਚਾਹੀਦਾ ਕਿ ਜਦੋਂ ਵੀ ਤੁਹਾਨੂੰ ਕੋਈ ਜਾਲੀ ਨੋਟ ਲੱਗਦਾ, ਸ਼ੱਕ ਹੁੰਦਾ ਕਿ ਕੋਈ ਜਾਲੀ ਕਰੰਸੀ ਹੈ, ਤਾਂ ਇਮੀਡੀਏਟਲੀ ਜਾਂ ਪੁਲਿਸ ਨੂੰ ਇਨਫੋਰਮ ਕਰੋ ਜਾਂ ਬੈਂਕਸ ਨੂੰ ਜ਼ਰੂਰ ਇਨਫੋਰਮ ਕੀਤਾ ਜਾਵੇ। ਮੈਡਮ ਲੇਮੈਨ ਜਿਹੜਾ ਆਮ ਇਨਸਾਨ ਹੈ ਜਿਹੜਾ ਐਕਸਪਰਟ ਨਹੀਂ ਹੈ ਉਹ ਤਾਂ ਬਹੁਤ ਜ਼ਿਆਦਾ ਫਰਕ ਨਹੀਂ ਇਹਦੇ 'ਚ ਦੇਖ ਸਕਦਾ, ਬਟ ਡੈਫੀਨੇਟਲੀ ਜਿਹੜਾ ਇਸੇ ਲਾਈਨ 'ਚ ਆ ਦੇ ਕੇ ਨੋ ਦਾ ਡਿਫਰੈਂਸ ਜੋ ਐਕਸਪਰਟ ਹੋਏਗਾ।
ਬਟ ਪਹਿਲੀ ਨਜ਼ਰੇ ਤੁਸੀਂ ਆਪੇ ਦੇਖ ਹੀ ਸਕਦੇ ਹੋ ਇਟ ਲੁਕਸ ਲਾਈਕ ਗੁੱਡ ਕਰੰਸੀ ਬਟ ਜਿਹੜੇ ਲੋਕਲ ਕਿਊਰ ਸੀ ਉਹਨਾਂ ਨੇ ਕਿੱਦਾਂ ਸੰਪਰਕ ਕੀਤਾ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਸੀ ਇਹ ਸੀ ਇਹ ਜੋ ਹੁਣ ਤੱਕ ਜੀ ਸਾਡੀ ਪ੍ਰੀਲਿਮਿਨਰੀ ਤਫਤੀਸ਼ 'ਚ ਆਇਆ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਥਰੂ ਪਤਾ ਲੱਗਿਆ ਇੱਕ ਦੂਜੇ ਦੇ ਕੰਟੈਕਟ 'ਚ ਆਇਆ ਜਿੱਦਾਂ ਯੂਟਿਊਬ 'ਤੇ ਕਿਸੇ ਸਾਈਟ ਤੋਂ ਚੈੱਕ ਕਰ ਰਹੇ ਹੋ ਥੱਲੇ ਜਿਹੜਾ ਕਮੈਂਟ ਸੈਕਸ਼ਨ ਹੁੰਦਾ ਉਹਦੇ 'ਚ ਕਈ ਵਾਰ ਲੋਕਾਂ ਨੇ ਲਿਖਿਆ ਹੁੰਦਾ ਫਲਾਨੀ ਚੀਜ਼ ਲਈ ਮੈਨੂੰ ਕੰਟੈਕਟ ਕਰੋ ਇਸ ਤਰ੍ਹਾਂ ਇਹਨਾਂ ਦਾ ਰਾਬਤਾ ਆਪਸ 'ਚ ਬਣਿਆ ਸੀ ਸੀ ਫਿਰ ਜਿਹੜੀ ਕਰੰਸੀ ਹੈ ਜਿਵੇਂ 500 ਦੇ ਨੋਟ ਹੈ 200 ਦੇ ਕੁਛ ਜਿਹੜੇ ਸਾਡੀ ਸੀਰੀਅਲ ਨੰਬਰ ਹੁੰਦੀ ਹੈ ਕੁਛ ਦੀ ਇੱਕ ਨੋਟ 'ਚ ਵੀ ਹੈ ਅਤੇ ਇੱਕ ਹੋਰ ਨੋਟ 'ਚ ਵੀ ਹੈ ਇੱਕ ਨੋਟ ਦਾ ਦੂਜੇ 'ਚ ਨਹੀਂ ਹੋ ਸਕਦਾ ਸੋ ਉਹ ਵੀ ਇੱਕ ਇੰਡੀਕੇਸ਼ਨ ਹੈ ਕਿ ਜਾਲੀ ਕਰੰਸੀ ਹੈ ਔਰ ਇਸੇ ਤਰ੍ਹਾਂ ਬਾਕੀਆਂ 'ਚ ਵੀ ਹੈ ਸੀ ਜਿਹੜਾ ਇਹਦੇ 'ਚ ਮੈਂ ਥੋੜ੍ਹੀ ਹੋਰ ਡਿਟੇਲ ਦੱਸ ਦਿੰਦੀ ਹਾਂ ਜਿਹੜੇ ਦੋਸ਼ੀ ਹੈਗੇ ਰਾਜਸਥਾਨ ਵਾਲੇ ਮਨੋਜ ਕੁਮਾਰ ਇਹਦੇ 'ਤੇ ਪਹਿਲਾਂ ਵੀ 5 ਮੁਕੱਦਮੇ ਦਰਜ ਹੈ ਜਿਨ੍ਹਾਂ 'ਚੋਂ ਇੱਕ ਮੁਕੱਦਮਾ ਇਹਦੇ 'ਤੇ ਜਾਲੀ ਕਰੰਸੀ ਦਾ ਹੀ ਸੀਗਾ ਸੋ ਇਹਦਾ ਇਸ ਲਾਈਨ 'ਚ ਐਕਸਪੀਰੀਅੰਸ ਹੈਗਾ ਹਾਂਜੀ ਜਿਹੜਾ ਮੇਨ ਇਹਦਾ 'ਚ ਹੁਣ ਤੱਕ ਸਾਨੂੰ ਪਤਾ ਲੱਗਿਆ ਮਨੋਜ ਕੁਮਾਰ ਹੈ ਇਹਦਾ ਹੀ ਸਾਰਾ ਪਲਾਨ ਸੀਗਾ ਕਿੱਥੋਂ ਸਿੱਖਦਾ ਸੀ ਅਤੇ ਡਿਊਰਿੰਗ ਤਫਤੀਸ਼ ਸਾਨੂੰ ਉਮੀਦ ਹੈ ਕਿ ਇਹਦੇ 'ਚ ਕੁਛ ਹੋਰ ਵੀ ਪਲੇਅਰ ਸਾਹਮਣੇ ਆ ਸਕੇ ਮਾਰਕੀਟ ਦੇ ਵਿੱਚ ਮੈਡਮ ਕਿੰਨੀ ਅੱਛੀ ਹੈ ਨਿਕਲ ਚੁੱਕੀ ਹੈ ਇਹ ਤਾਂ ਜੀ ਹਲੇ ਟੂ ਅਰਲੀ ਟੂ ਅਸੈਸ ਹੈ ਫਿਲਹਾਲ ਤਾਂ ਜੀ ਇਹਨਾਂ ਦੇ ਨੈਟਵਰਕ ਪੰਜਾਬ ਔਰ ਰਾਜਸਥਾਨ ਦਾ ਤਾਂ ਸਾਹਮਣੇ ਆ ਹੀ ਗਿਆ ਜੇ ਹੋਰ ਸਾਨੂੰ ਕੁਛ ਪਤਾ ਲੱਗਦਾ ਡਿਊਰਿੰਗ ਇਨਵੈਸਟੀਗੇਸ਼ਨ ਤੁਹਾਨੂੰ ਇੱਕ ਦੋ ਹੈ ਜੀ ਸਾਡੇ ਰਡਾਰ 'ਚ ਨੋਟ ਇਨ ਪੰਜਾਬ ਬਟ ਆਊਟ ਆਫ ਸਟੇਟ ਤਾਂ ਅਸੀਂ ਦੇਖ ਰਹੇ ਐਟਲੀਸਟ ਬਹੁਤ ਜ਼ਿਆਦਾ ਤਾਂ ਨਹੀਂ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਬਟ 6-7 ਮਹੀਨੇ ਸਾਲ ਤੱਕ ਕਹਿ ਸਕਦੇ ਮੈਡਮ ਜਿਹੜੇ ਬਹੇ ਸੀਗੇ ਸਟੂਡੈਂਟ ਸੀ ਜਾਂ ਕੀ ਕਰੋ ਮਤਲਬ ਇਹਨਾਂ ਦੀ ਏਜ ਤਾਂ ਮਿਡ 20s ਤੋਂ ਲੈ ਕੇ 30 ਤੱਕ ਹੀ ਹੈ ਦੇ ਆਰ ਨਾਟ ਵੈਰੀ 올ਡ ਸਾਰੇ ਯੰਗ ਹੀ ਲੜਕੇ ਸਾਰੇ ਪੜੇ ਲਿਖੇ ਜਾਂ ਬਹੁਤ ਜ਼ਿਆਦਾ ਪੜੇ ਨਹੀਂ ਹੈ ਕੋਈ 8ਵੀਂ ਪਾਸ ਹੈ ਕੋਈ 12ਵੀਂ ਕੋਈ BA ਪਾਸ ਹੈ ਬੜੇ ਜਿਹੜੇ ਆਪਣੇ ਡਿਸਟ੍ਰਿਕਟ ਦੇ ਕਿਊਜ਼ ਨੇ ਉਹਨਾਂ ਦਾ ਕੋਈ ਫੀਡਬੈਕ ਜਾਂ ਬੈਕਗ੍ਰਾਉਂਡ ਆਇਆ ਜੀ ਇੱਕ ਡਿਸਟ੍ਰਿਕਟ ਦੇ ਜੀ ਸਾਡੇ 2 ਅਕਿਊਜ਼ਡ ਹੈਗੇ ਉਹਨਾਂ ਦਾ ਇਸ ਤਰ੍ਹਾਂ ਦਾ ਬੈਕਗ੍ਰਾਉਂਡ ਤਾਂ ਨਹੀਂ ਹੈ ਇਹ ਮਨੋਜ ਹੀ ਹੈ ਜਿਹੜਾ ਅਜਮੇਰ ਦਾ ਇਹਦਾ ਫੋਰਨ ਕਰੰਸੀ ਮੇਨ ਹੋਈ ਹੈ ਹਾਂਜੀ ਇਹ ਕੁਐਸਚਨ ਹੋ ਰਿਹਾ ਜੀ ਇਹ ਕੋਈ ਗੱਲਬਾਤ ਆਈ ਹੈ ਸਾਹਮਣੇ ਵੀ ਇਹਨਾਂ ਨੇ ਕਿੰਨਾ ਇਸ ਤੋਂ ਪਹਿਲਾਂ ਕੋਈ ਪੈਸਾ ਪੂਸਾ ਆਪਣਾ ਜਿਹੜਾ ਹੈਗਾ ਜਾਲੀ ਕਰੰਸੀ ਮਾਰਕੀਟ ਦੇ ਵਿੱਚ ਸਿੱਟੇ ਨਹੀਂ ਜੀ ਹਾਲੇ ਤੱਕ ਇਹਦਾ ਨਹੀਂ ਇਹਦੀ ਸੇਲ ਕਿੱਦਾਂ ਦੀ ਕੀ ਅਮਾਉਂਟ ਦੇ ਵਿੱਚ ਕਿੰਨੀ ਵੇਚ ਪੁੱਛ ਦੀ ਜਿਵੇਂ 1 ਲੱਖ ਥੋੜਾ ਬਹੁਤ ਜੋ ਪਤਾ ਲੱਗਿਆ ਜਿਵੇਂ ਜੇ 10,000 ਦਾ ਪੈਸੇ ਦੇ ਕੇ 30,000 ਦੇ ਜਾਲੀ ਦੇ ਰਹੇ ਇੰਨਾ ਕੁ ਮਾਰਜਨ ਹਲੇ ਸਾਹਮਣੇ ਬਹੁਤ ਜ਼ਿਆਦਾ ਕੀਤਾ ਨਹੀਂ ਸੀ ਪਹਿਲਾਂ ਇਹਨਾਂ ਨੂੰ ਪ੍ਰੀ ਐਪਟ ਕਰ ਦਿੱਤਾ ਗਿਆ ਥੈਂਕ ਯੂ